ਉੱਤੇ ਜਾਈ ਜਾਂਦੇ ਆ ਨਾਨਕ ਸਰ ਗੁਰਦੁਆਰੇ ਕੋਲੋਂ ਆਪਾਂ ਮਤਲਬ ਟੇਢਾ ਜਿਹਾ ਹੋ ਜਾਂਦਾ ਚੋਰ ਦਾ ਹੁੰਦਾ ਤਾਂ ਉਹ ਜ਼ਰੂਰ ਲੁੱਟ ਖੁੱਟ ਕਰਦਾ ਹਾਂਜੀ ਹਾਂਜੀ ਹੁਣ ਇਹ ਹੈ ਵੀ ਅਸੀਂ ਜਾ ਨਹੀਂ ਸਕਦੇ ਹਾਂਜੀ ਪੁਰਾਣੇ ਬੰਦੇ ਆ ਲਾਹੌਰ ਤਾਂ ਐਂ ਲੱਗਦਾ ਜਿਵੇਂ ਸਾਡਾ ਦੂਜਾ ਗੁਆੜ ਹੋਵੇ ਵਾਹ ਬਿਲਕੁਲ ਇਸੇ ਤਰ੍ਹਾਂ ਹੀ ਲੱਗਦੇ ਸੀਗੇ ਬਹੁਤ ਚਿਰ ਜਾਂਦੇ ਆਉਂਦੇ ਰਹੇ ਆ ਹਾਂਜੀ ਮੈਨੂੰ ਇਹ ਨਹੀਂ ਪਤਾ ਮੁੰਡਾ ਕਿੱਧਰ ਗਿਆ ਮੁੰਡਾ ਜੀ ਇੱਥੇ ਚਾਹ ਬਣਾਉਂਦਾ ਕੋਈ ਗੱਲ ਨਹੀਂ ਅੰਦਰ ਹੀ ਆ ਇਹੀ ਗੱਲ ਕਹਿਣਾ ਸੀ ਵੀ ਘੱਟ ਤੋਂ ਘੱਟ ਚਾਹ ਦੀ ਘੁੱਟਤਾ ਬਣਾ ਕੋਈ ਗੱਲ ਹਾਂ ਜੀ ਆ ਗਈ ਜੀ ਚਾਹ ਆ ਗਈ ਵੈਸੇ ਇਹ ਹੈ ਹੁਣ ਤੁਹਾਡੇ ਕੋਲ ਕਿਹੜੀ ਗੱਲ ਕਰੀਏ ਵੀ ਉਮਰ ਤਾਂ ਸਾਰੀ ਭੋਗ ਲਈ ਪਰ ਉਹ ਜੋ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ ਸੀ ਜ਼ਿੰਦਗੀ 'ਚ ਉਹ ਨਾ ਸਰਕਾਰ ਵੱਲੋਂ ਹੋਈਆਂ ਨਾ ਆਪਣੇ ਕੋਲੋਂ ਹੋ ਸਕੀਆਂ ਹਾਂਜੀ ਪਰ ਤੁਸੀਂ ਤਾਂ ਆਪਣੀ ਵੱਲੋਂ ਬਹੁਤ ਕੋਸ਼ਿਸ਼ ਕੀਤੀ ਆਪਣੀਆਂ ਲਿਖਤਾਂ ਰਾਹੀਂ ਸੁਨੇਹਾ ਪਹੁੰਚਾਉਣ ਦੀ ਤੁਸੀਂ ਜਦੋਂ ਸਰਪੰਚ ਰਹੇ ਉਦੋਂ ਵੀ ਬੜਾ ਕੰਮ ਕੀਤਾ ਤੁਸੀਂ ਆਪਣੇ ਪਿੰਡ ਲਈ ਸੂਬੇ ਲਈ ਕੀਤਾ ਅਤੇ ਕਿਤਾਬਾਂ 'ਚ ਤੁਹਾਡੀਆਂ 'ਚ ਤੁਸੀਂ ਆਪਣੀ ਵੱਲੋਂ ਕੋਈ ਕਸਰ ਨਹੀਂ ਛੱਡੀ ਠੀਕ ਕਈ ਵਾਰੀ ਆਉਂਦੀ ਹੈ ਹਾਂਜੀ ਕਿ ਜੋ ਗੁਜ਼ਰੇ ਜੀ ਹੈ ਉਹ ਇੱਕ ਕਿਤਾਬ ਲਿਖਦੇ ਆ ਮੈਂ ਕਿਹਾ ਇਹਦਾ ਫਾਇਦਾ ਕੀ ਹੈ ਕਿਸੇ ਨੂੰ ਇਹ ਤੁਸੀਂ ਪੁੰਨਿਆਂ ਦੇ ਚਾਨਣ 'ਚ ਬਹੁਤ ਕੁਛ ਲਿਖਿਆ ਮੈਂ ਤੁਹਾਡੇ ਬਾਰੇ ਬਹੁਤ ਕੁਛ ਉਹ 'ਚੋਂ ਜਾਣਿਆ ਮੈਂ ਇੱਥੇ ਜ਼ੋਰ ਵੀ ਲਾਇਆ ਕਈ ਬਈ ਆਓ ਮੇਰੇ ਕੋਲੋਂ ਮੈਂ ਜੋ ਲਿਖਣ ਦਾ ਗੁਣ ਹੈਗਾ ਲੈ ਲਓ ਹਾਂਜੀ ਉਹ ਤਾਂ ਭੁੱਖੇ ਮਰਨ ਵਾਲੀ ਗੱਲ ਹੈ ਬਸ ਗੱਲ ਤਾਂ ਤੁਹਾਡੀ ਹੈ ਠੀਕ ਪਰ ਇਹ ਗੁਣ ਵੱਡਾ ਹੈ ਹਾਂਜੀ ਅਤੇ ਇਹ ਲੋਕਾਂ 'ਚ ਜਾਏਗਾ ਤਾਂ ਲੋਕ ਵੱਡੇ ਹੋਣਗੇ ਹਾਂਜੀ ਅਤੇ ਮੁਲਕ ਤਰੱਕੀ ਕਰੇਗਾ ਬਿਲਕੁਲ ਉਹ ਪਰ ਇੰਨੀਆਂ ਗੱਲਾਂ ਗੁੱਲਾਂ ਕੌਣ ਸੁਣਦਾ ਹਾਂਜੀ ਸਾਡੇ ਘਰ 'ਚੋਂ ਨਹੀਂ ਕੋਈ ਪੈਦਾ ਹੋਇਆ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਬਠਿੰਡੇ ਇੱਕ ਮੁੰਡਾ ਮੇਰਾ ਭਾਣਜਾ ਹੈ ਹਾਂਜੀ ਉਹ ਕੁਛ ਹੈ ਜਾਣ 'ਚ ਅੱਛਾ ਹਾਂ ਕੀ ਨਾਮ ਉਹਦਾ ਉਹ ਕੁਛ ਗੱਲ ਇਹ ਹੈ ਬਈ ਕਰਨ ਵਾਲਾ ਬਹੁਤ ਕੁਛ ਹੈ ਲੋਕ ਅੱਗੇ ਪੰਜਾਬ ਦੇ ਲੋਕ ਮਿਹਨਤੀ ਸੀ ਹਾਂਜੀ ਹੁਣ ਮਿਹਨਤ ਮੁੱਕਦੀ ਜਾਂਦੀ ਹੈ ਮਿਹਨਤ ਨੂੰ ਮੁੱਲ ਨਹੀਂ ਮਿਲਦਾ ਆਪਦਾ ਹਾਂਜੀ ਹਾਂਜੀ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਬਸ ਇਸ ਤਰ੍ਹਾਂ ਕਰਕੇ ਗੱਲ ਅੜੀ ਵੀ ਹੈ ਸਰਕਾਰਾਂ ਜਿਹੜੀਆਂ ਆਈਆਂ ਉਹ ਆਪਦਾ ਬਣਾਉਂਦੀਆਂ ਰਹੇ ਹੈ ਨਿੱਜੀ ਤੌਰ 'ਤੇ ਹਾਂਜੀ ਲੋਕਾਂ ਦਾ ਨਹੀਂ ਫਾਇਦਾ ਲੋਕਾਂ ਦਾ ਅਜੇ ਨਹੀਂ ਬਣਦਾ ਤਾਂ ਫਿਰ ਗੜਬੜੀ ਹੁੰਦੀ ਹੈ ਹਾਂਜੀ ਹਾਂਜੀ ਕਤਲ ਹੁੰਦੇ ਆ ਹਾਂਜੀ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਹਾਂਜੀ ਹਾਂਜੀ ਵੈਸੇ ਉਹਦੀ ਲਾਈਫ ਵੀ ਹਾਂਜੀ ਟ੍ਰੈਜਿਕੀ ਹੋਈ ਆ ਹਾਂਜੀ ਬੰਦਾ ਉਹ ਬਹੁਤ ਚੰਗਾ ਸੀ ਐਜ਼ ਏ ਮੈਨ ਹਾਂਜੀ ਹਾਂਜੀ ਮੈਂ ਦੇਖੇ ਨਾ ਕਿ ਜਿਹੜੇ ਐਕਟਰ ਬਣ ਜਾਂਦੇ ਸੀ ਉਹ ਅਯਾਸ਼ੀਆਂ ਕਰਦੇ ਸੀ ਹਾਂਜੀ ਹਾਂਜੀ ਲੇਕਿਨ ਉਸ ਬੰਦੇ ਨੇ ਇਹ ਕੁਛ ਨਹੀਂ ਬਿਲਕੁਲ ਉਹਦੀ ਅਦਾਕਾਰੀ ਵੀ ਕਮਾਲ ਮੈਂ ਪੜ੍ਹਿਆ ਤੁਸੀਂ ਉੱਥੇ ਗਏ ਸੀ ਇੱਕ ਵਾਰ ਉਹਨੂੰ ਇੱਥੇ ਉਹ 15-15-20 ਦਿਨ ਰਹਿੰਦਾ ਰਿਹਾ ਮੇਰੇ ਕੋਲ ਹਾਂਜੀ ਹਾਂਜੀ ਆ ਤਾਂ ਹੋਰ ਮੇਰਾ ਜੀ ਨਹੀਂ ਲੱਗਦਾ ਕਿਤੇ ਹਾਂਜੀ ਉਹ ਮੈਂ ਕਿਹਾ ਜੀ ਤਾਂ ਲਾਉਣਾ ਪੈਂਦਾ ਇਹ ਐਸੀ ਗੱਲ ਨਹੀਂ ਹੈ ਜਿਹੜੇ ਤੁਹਾਡੇ ਨਾਲ ਸਾਥ ਨਹੀਂ ਦੇ ਰਹੇ ਉਹਨਾਂ ਨੂੰ ਸਮਝਾ ਕੇ ਆਪਣੇ ਸਾਥੀ ਬਣਾਉਣਾ ਚਾਹੀਦਾ ਬਿਲਕੁਲ ਸਾਨੂੰ ਤਾਂ ਮਿਹਨਤ ਇਉਂ ਕਰਨੀ ਚਾਹੀਦੀ ਹੈ ਵੀ ਅਸੀਂ ਮੁਲਕ ਨੂੰ ਹੋਰ ਉੱਚਾ ਚੁੱਕੀਏ ਹਾਂਜੀ ਉਹ
ਬਾਅਦ ਵਾਲਾ ਮੇਰਾ ਕਿਤੇ ਜਾਣ ਹੁਣ ਹੋਰ ਜਾਣ ਨੂੰ ਜੀ ਨਹੀਂ ਕਰਦਾ। ਹਾਂਜੀ ਉਹ ਇੱਥੇ ਆ ਕੇ 15-15, 20-20 ਦਿਨ ਆਮ ਪਿੰਡਾਂ ਦੇ ਮੁੰਡਿਆਂ ਨਾਲ ਬਾਹਰ ਉੱਠ ਜਾਂਦਾ ਸੀ। ਹਾਂਜੀ ਖੇਤਾਂ 'ਚ। ਹਾਂਜੀ ਅਤੇ ਐਸ਼ ਕਰਦੇ ਸੀ, ਨਹਾਉਂਦੇ ਧੋਂਦੇ ਸੀ। ਬਾਹਰ ਮੇਰੀ ਇੱਕ ਕੋਠੀ ਹੁੰਦੀ ਸੀ। ਹਾਂਜੀ ਉਹ ਆਹ ਕੋਠੀ ਮੈਂ ਮਗਰੋਂ ਪਾਈ ਹੈ। ਹਾਂਜੀ ਉੱਥੇ ਉਹ ਉਹਦੇ 'ਚ ਹੀ ਰਹਿੰਦਾ ਆ ਕੇ 10-10 ਦਿਨ, 15-15 ਦਿਨ, ਅਤੇ ਬਾਹਰ ਲੋਕਾਂ ਨਾਲ ਉੱਠ ਜਾਣਾ। ਹਾਂਜੀ ਕੰਮ ਧੰਦੇ ਵਾਲਿਆਂ ਨਾਲ। ਅੱਛਾ ਵੀ ਤੁਸੀਂ ਕਿਵੇਂ ਕੰਮ ਕਰਦੇ ਹੋ, ਤੁਹਾਡੇ ਕੰਮ ਦਾ ਮੁੱਲ ਨਹੀਂ ਪੈਂਦਾ। ਹਾਂਜੀ ਮੈਂ ਕਹੇ ਤੂੰ ਹੁਣ ਮੰਡੀ 'ਚ ਜਾ ਕੇ ਏਜੰਟ ਬਣ ਜਾ। ਵੈਸੇ ਬੰਦਾ ਬਹੁਤ ਚੰਗਾ ਸੀ। ਹਾਂਜੀ ਹਾਲਾਤ ਨੇ ਉਹਨੂੰ ਵਫਾ ਨਹੀਂ ਕੀਤੀ। ਠੀਕ ਹੈ ਉੱਦਾਂ ਦੇ ਬੰਦੇ ਹੁਣ ਅੱਜ ਕੱਲ੍ਹ ਨਹੀਂ ਮਿਲਦੇ, ਨਹੀਂ ਰਹੇ। ਮੈਂ 2 ਵਾਰੀ ਗਿਆ ਉਹਦੇ ਕੋਲ ਉੱਥੇ ਮੁੰਬਈ। ਹਾਂਜੀ ਇੱਜ਼ਤ ਉਹਦੀ ਬਹੁਤ ਸੀ। ਹਾਂਜੀ ਪਰ ਉਹ ਕੁੜੀ ਦਾ ਮਸਲਾ ਆ ਗਿਆ ਸਾਹਮਣੇ। ਹਾਂਜੀ ਉਸ ਗੱਲ ਨਾਲ ਉਹ ਕੁੜੀ ਵੀ ਮਰ ਗਈ, ਇਹ ਵੀ ਮਰ ਗਿਆ। ਵੈਸੇ ਜੇ ਹਾਲਾਤ ਬਣੇ ਜੀ। ਹਾਂਜੀ ਕਿਸੇ ਨੂੰ ਕੁਛ ਨਹੀਂ ਸੀ ਪਤਾ, ਹੁਣ ਵੀ ਇੱਡਾ ਨਹੀਂ ਪਤਾ। ਵੈਸੇ ਹੁਣ ਗੱਲ ਕੁਛ ਅੱਗੇ ਨਾਲੋਂ ਹੋਰ ਹੈ। ਹਾਂਜੀ ਪਰ ਮੇਰੇ ਹਾਲਾਤ ਨੂੰ ਨਹੀਂ ਬਣੀ। ਤੁਸੀਂ ਕਿੰਨੀ ਘਰ ਅੰਦਰ ਹੁੰਦਾ ਸੀ? ਹਾਂਜੀ ਪਿੰਡ 'ਚ। ਹਾਂਜੀ ਮੈਂ ਉਹ ਛੋਟੇ ਨੂੰ ਆਪਣੇ ਨੂੰ ਦੇ ਆਇਆ। ਹਾਂਜੀ ਉਹ ਘਰ ਚੰਗਾ ਸੀ। ਹਾਂਜੀ ਆਹ ਇੱਥੇ ਖੂਹ ਹੁੰਦਾ ਸੀ ਇੱਕ, ਆਹ ਨਿਆਈ ਹੁੰਦੀ ਸੀ ਸਾਰੀ। ਅੱਛਾ ਜੀ ਇਹ ਸਾਰੀ ਨਿਆਈ ਮੇਰੇ ਸਾਹਮਣੇ ਹੁੰਦੀ ਹੁੰਦੀ ਜੀ। ਹਾਂਜੀ ਆਹ ਇੱਥੇ ਥਾਂ ਸੀ ਬਿੱਘਾ, ਇਹ ਮੈਂ ਇੱਥੇ ਉਹ ਖੇਤ ਸੀ, ਇਹ ਖੇਤ ਇੱਥੇ ਵੜ ਲਿਆ, ਇਹ ਉਹ ਮੈਂ ਘਰ ਸਭ ਤੋਂ ਛੋਟੇ ਨੂੰ ਦੇ ਦਿੱਤਾ। ਅੱਛਾ ਜਿਹੜਾ ਪਹਿਲਾਂ ਸੀ। ਹਾਂ ਉਹ ਕਮਾਊ ਬੰਦਾ ਸੀ। ਹਾਂਜੀ ਮੇਰੀਆਂ ਕਿਤਾਬਾਂ ਕਤੂਬਾਂ ਤਾਂ ਪੜ੍ਹਦਾ ਸੀ ਪਰ ਉਹ ਕੁਛ ਕਰਨ ਜੋਗਾ ਹੋਰ ਨਹੀਂ ਸੀ। ਹਾਂਜੀ ਖੇਤੀ ਕਰਨ ਜੋਗਾ ਸੀਗਾ। ਹਾਂਜੀ ਖੇਤੀ 'ਚ ਉਹਨੇ ਪੈਰ ਲਾਏ ਅਤੇ ਮੈਂ ਵੀ ਮੈਂ ਉਹ ਘਰ ਉਹਨੂੰ ਛੱਡ ਕੇ ਇੱਥੇ ਆ ਬਿੱਘਾ ਕੱਠਾ ਸੀ, ਇੱਥੇ ਟਿੰਡਾਂ ਵਾਲਾ ਖੂਹ ਹੁੰਦਾ ਸੀ ਆਗਾ ਨਾਲ। ਹਾਂਜੀ ਇੱਥੇ ਬਿਲਕੁਲ ਕੰਧ ਦੇ ਪਰਲੇ ਪਾਸੇ। ਹਾਂਜੀ ਬਸ ਉਹ ਇੱਥੇ ਲੱਗੇ ਰਹਿੰਦੇ ਸੀ ਅਸੀਂ, ਮੈਂ ਇੱਥੇ ਆ ਗਿਆ। ਉਹ ਥਾਂ ਵੇਚ ਕੇ ਉਹ ਬਾਹਰ ਖੇਤ ਚਲਾ ਗਿਆ। ਅੱਛਾ ਜੀ ਇਸ ਤਰ੍ਹਾਂ ਉਹ ਮੇਥੋਂ ਵੱਡਾ ਵੀ ਅਤੇ ਛੋਟਾ ਵੀ ਦੋਵੇਂ ਹੀ ਚਲੇ ਗਏ, ਮੈਂ ਇਕੱਲਾ ਹੈ ਗਿਆ। ਤਿੰਨ ਭਰਾ ਸੀ ਤੁਸੀਂ? ਤਿੰਨ ਭਰਾ ਸੀ ਅਸੀਂ। ਅੱਛਾ ਤੁਸੀਂ ਲਿਖਿਆ ਜ਼ਿਆਦਾ ਕਿੱਥੇ? ਉਸ ਘਰ 'ਚ ਜ਼ਿਆਦਾ ਲਿਖਿਆ ਜਾਂ ਇੱਥੇ ਆ ਕੇ ਲਿਖਿਆ? ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤੁਸੀਂ ਆਪਣੇ ਪੁਰਾਣੇ ਘਰ 'ਚ ਲਿਖਦੇ ਹੁੰਦੇ ਸੀ? ਪੁਰਾਣੇ 'ਚ ਸੀ। ਹਾਂਜੀ ਹਾਂਜੀ ਉੱਥੇ ਵੀ ਮੈਂ 2-3 ਕਿਤਾਬਾਂ ਲਿਖੀਆਂ। ਹਾਂਜੀ ਫਿਰ ਮੈਂ ਵਿਆਹਿਆ ਗਿਆ। ਹਾਂਜੀ ਫਿਰ ਮੈਂ ਵੱਖਰਾ, ਉਹ ਛੋਟਾ ਸੀ ਜਿਹੜਾ ਮੈਥੋਂ। ਹਾਂਜੀ ਉਹ ਘਰ ਉਹਨੂੰ ਬਣਿਆ ਬਣਾਇਆ ਚੰਗਾ ਸੀ, ਖੂਬਸੂਰਤ ਘਰ ਸੀਗਾ। ਹਾਂਜੀ ਉਹਨੂੰ ਛੱਡਤਾ। ਹਾਂਜੀ ਉਹਨੇ ਉਹ ਵੇਚਤਾ ਅਤੇ ਬਾਹਰ ਖੇਤ ਜਾ ਪਾਇਆ। ਅੱਛਾ ਜੀ ਮੈਂ ਕਿਹਾ ਤੂੰ ਕੀ ਕੀਤਾ ਇਹ? ਹਾਂ ਆਹਦਾ ਮੈਨੂੰ ਨਹੀਂ ਚੰਗਾ ਲੱਗਾ, ਠੀਕ ਹੈ ਆਹਦਾ ਬਸ। ਅੱਛਾ ਉਹ ਵੱਡਾ ਵੀ ਮੇਥੋਂ ਚਲਾ ਗਿਆ, ਛੋਟਾ ਵੀ ਮੇਥੋਂ ਚਲਾ ਗਿਆ, ਮੈਂ ਜਾਣ ਵਾਲਾ ਬੈਠਾ ਹੁਣ। ਅਤੇ ਤੁਸੀਂ ਫਿਰ ਹੁਣ ਸਭਾਵਾਂ ਸਮੂਹਾਂ 'ਚ, ਸਾਹਿਤ ਸਭਾਵਾਂ 'ਚ, ਫੰਕਸ਼ਨਾਂ ਫੁੰਕਸ਼ਨਾਂ 'ਤੇ ਬਾਹਰ ਸਭਾਵਾਂ 'ਚ ਤੁਸੀਂ ਨਹੀਂ ਜਾਂਦੇ ਹੁਣ? ਘੱਟ ਜਾਂਦੇ ਆ? ਮੈਂ ਜਾਂਦਾ ਹਾਂ ਵੈਸੇ, ਹੁਣ ਅੱਗੇ ਜਿੰਨਾ ਨਹੀਂ ਜਾਂਦਾ। ਹਾਂਜੀ ਹੁਣ ਜ਼ਰੂਰੀ ਹੁੰਦਾ ਜਿੱਥੇ ਉੱਥੇ ਜਾਣ ਨਾਲ ਗੱਡੀ ਹੈਗੀ ਆ। ਹਾਂਜੀ ਅਤੇ ਹੋਇਆ ਹੁੰਦਾ। ਹਾਂਜੀ ਪਰ ਪੰਜਾਬ ਨੇ ਉਹ ਆਜ਼ਾਦ ਹੋਣ ਬਾਅਦ ਕੁਛ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਬਿਲਕੁਲ ਬਿਲਕੁਲ ਤੁਹਾਡਾ ਦਰਦ ਠੀਕ ਹੈ। ਅਸਲ ਗੱਲ ਇਹ ਹੈ। ਹਾਂਜੀ 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 ਉਹ ਇਹ ਹੈ ਬਈ ਇਸ ਦੇ ਆਗੂ ਸੀ ਜਿਹੜੇ ਕਿਸ ਤਰ੍ਹਾਂ
ਵੈਸੇ ਇਹ ਆ ਵੀ ਮੈਨੂੰ ਕੋਈ ਔਖ ਨਹੀਂ ਆਈ। ਅੱਛਾ। ਜ਼ਮੀਨ ਮੇਰੇ ਕੋਲ ਮੈਨੂੰ 20 ਕੁਝ ਇੱਕ ਬੰਦੇ ਦੋਸਤ ਮਿੱਤਰ ਹੈਗੇ ਆ ਹਾਂਜੀ ਜਿਹੜੇ ਗੱਲ ਨੂੰ ਫੜਦੇ ਆ। ਹਾਂਜੀ ਹਾਂਜੀ। ਇਹ ਸਾਹਿਤਕ ਗੱਲ ਸਾਹਿਤਕ ਪਹਿਲੂ ਤੋਂ ਬਿਨਾਂ ਹਜ਼ਮ ਨਹੀਂ ਹੁੰਦੀ। ਹਾਂਜੀ। ਥੋੜ੍ਹਾ ਘਣਾ ਇਹੋ ਜਿਹੇ ਬੰਦੇ ਇੱਥੇ ਉਹ ਬੰਦੇ ਹੀ ਹੈ ਨਹੀਂ। ਹਾਂਜੀ। ਮੈਂ ਅੱਗੇ ਬਾਹਰ ਜਾ